ਵਿਊ ਚੈੱਕ ਕਰ ਸਕਦੇ ਹੋ ਤੁਸੀਂ ਮੋਟਰ ਦਾ। ਗੋੜ ਲੈਣ ਲਈ ਇਹਨਾਂ ਨੂੰ ਸੰਪਰਕ ਕਰੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਯੂਟਿਊਬ ਚੈਨਲ 'ਤੇ ਤੁਹਾਡਾ ਬਹੁਤ ਹੀ ਜ਼ਿਆਦਾ ਸਵਾਗਤ ਹੈ। ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਅਸੀਂ ਨਵੇਂ ਵਲੋਗ ਦੀ ਸਟਾਰਟਿੰਗ ਕਰਨ ਜਾ ਰਹੇ ਹਾਂ। ਅੱਜ ਦਾ ਵਲੋਗ ਬਹੁਤ ਹੀ ਵਧੀਆ ਵਲੋਗ ਬਣਨ ਵਾਲਾ ਵਾ, ਕਿਉਂਕਿ ਅਸੀਂ ਤੁਹਾਨੂੰ ਅੱਜ ਦੇ ਵਲੋਗ 'ਚ ਬਹੁਤ ਹੀ ਇੱਕ ਘੈਂਟ ਚੀਜ਼ ਦੱਸਣ ਜਾ ਰਹੇ ਹਾਂ। ਆਸ ਕਰਾਂਗੇ ਵੀ ਤੁਹਾਨੂੰ ਜ਼ਰੂਰ ਪਸੰਦ ਆਊਗੀ। ਜਿਹੜੀ ਅੱਜ ਅਸੀਂ ਵਲੋਗ 'ਚ ਚੀਜ਼ ਵਿਖਾਉਣੀ ਆ ਨਾ, ਉਹ ਮੇਰੇ NRI ਵੀਰ ਬਹੁਤ ਮਿਸ ਕਰਦੇ ਆ ਉਹ ਚੀਜ਼ ਨੂੰ। NRI ਵੀਰ, NRI ਫੈਮਿਲੀ ਉਹ ਵੀ ਮਿਸ ਕਰਦੇ ਆ, ਅਤੇ ਬਟ ਜਿਹੜੇ ਸਾਡੇ ਇੱਥੇ ਸ਼ਹਿਰਾਂ 'ਚ ਰਹਿੰਦੇ ਆ ਫੈਮਿਲੀਆਂ ਮੇਰੇ ਵੀਰ, ਉਹ ਵੀ ਉਹਨੂੰ ਬਹੁਤ ਜ਼ਿਆਦਾ ਮਿਸ ਕਰਦੇ ਆ। ਸੋ ਉਹ ਵਲੋਗ 'ਤੇ ਤੁਹਾਨੂੰ ਅੱਗੇ ਦੱਸਾਂਗੇ ਵੀ ਉਹ ਕਿਹੜੀ ਚੀਜ਼ ਆ। ਅਤੇ ਇਸ ਦੇ ਨਾਲ ਹੀ ਅਸੀਂ ਮੋਟਰ 'ਤੇ ਆਏ ਹਾਂ, ਪਾਣੀ ਲਾਇਆ ਹੋਇਆ ਵਾ ਅਤੇ ਵਧੀਆ ਮੌਸਮ ਅੱਜ ਦਾ। ਬਾਕੀ ਤੁਸੀਂ ਸਾਰੇ ਅੱਜ ਵਿਊ ਚੈੱਕ ਕਰ ਸਕਦੇ ਹੋ, ਬਹੁਤ ਹੀ ਘੈਂਟ ਦੇਣੇ ਆ ਅੱਜ। ਪਿੱਛੇ ਦਾ ਵਿਊ ਵੇਖ ਸਕਦੇ ਹੋ ਤੁਸੀਂ, ਵਿਊ ਚੈੱਕ ਕਰ ਸਕਦੇ ਹੋ ਤੁਸੀਂ ਮੋਟਰ ਦਾ। ਪਾਣੀ ਲਾਇਆ ਸੀ ਅੱਜ ਅਤੇ ਮੀਂਹ ਵੀ ਦੱਸਿਆ ਸੀ ਉੱਦਾਂ, ਬਟ ਮੀਂਹ ਪੈ ਨਹੀਂ ਰਿਹਾ। ਬਾਕੀ ਦਿਲਵੀਰ ਵੀ ਪਹੁੰਚਿਆ ਵਾ ਔਰ ਡਿਆ ਫੇਰਾ ਮਾਰਨ। ਅਤੇ ਦਿਲ ਕਿੱਦਾਂ, ਠੀਕ ਆ? ਪਾਣੀ ਚੈੱਕ ਕਰਨ ਗਿਆ ਮੁੰਡਾ। ਮਾਰਾਂ ਫੇਰਾ, ਠੀਕ ਆ ਕੰਮ? ਚੱਲ ਠੀਕ ਆ, ਆ ਜਾ ਆ ਜਾ। ਲਓ ਬਾਕੀ ਤੁਹਾਨੂੰ ਅੱਗੇ ਜਾ ਕੇ ਵਿਖਾਉਂਦੇ ਹਾਂ ਬਾਕੀ ਦਾ ਵਲੋਗ, ਅਤੇ ਬਹੁਤ ਹੀ ਵਧੀਆ ਚੀਜ਼ ਵਿਖਾਉਣ ਜਾ ਰਹੇ ਹਾਂ। ਅਤੇ ਤੁਸੀਂ ਸਾਰੇ ਉਹਨੂੰ ਮਿਸ ਵੀ ਕਰਦੇ ਹੋਗੇ ਕਈ ਸ਼ਹਿਰਾਂ ਵਾਲੇ ਵੀਰ। ਬਾਕੀ ਮਿਲਦੇ ਹਾਂ ਉੱਥੇ ਜਾ ਕੇ ਮੋਟਰ 'ਤੇ। ਬਾਕੀ ਇੱਕ ਬੰਦਾ ਹੋਰ ਆ ਚੁੱਕਿਆ ਵਾ, ਗਗਨ ਵੀਰ ਪਹੁੰਚ ਚੁੱਕਾ ਵਾ ਸਾਡੇ ਵਿੱਚ। ਲੈ ਵੀ ਗਗਨ ਭਾ ਆ ਗਿਆ ਜੀ, ਲੈ ਵੀ ਗਗਨ ਵੀਰ ਵੀ ਪਹੁੰਚ ਚੁੱਕਿਆ ਵਾ। ਉਹ ਬੱਲੇ ਕਿੱਦਾਂ, ਠੀਕ ਠਾਕ? ਵਧੀਆ ਠੀਕ ਠਾਕ। ਹੋਰ? ਹਾਂ ਚੱਲਣ ਡਿਆ ਵਾ, ਟਾਈਮ ਨਾਲ ਹੀ ਆਇਆ ਵਾ। ਵਿਊ ਚੈੱਕ ਕਰ ਸਕਦੇ ਹੋ। ਹੋਰ ਗਗਨ ਭਾ ਕਿੱਦਾਂ, ਠੀਕ ਠਾਕ? ਕਿੱਧਰੋਂ ਆਇਆ? ਬਸ ਇੱਥੇ ਹੀ ਸ਼ਹਿਰ ਗਏ ਮੁੰਡਾ ਜੀ। ਸ਼ਹਿਰ ਗਏ ਸੀ? ਚਲੋ ਤੇ ਚੱਲੀਏ ਆਪਾਂ ਫਿਰ ਉੱਧਰ ਅੱਗੇ ਵੱਲੋਂ ਖਾਈਏ ਵੀਰਾਂ ਨੂੰ। ਚਲੋ ਗਾਇਜ਼, ਤੁਹਾਨੂੰ ਮਿਲਦੇ ਹਾਂ ਉੱਥੇ ਜਿੱਥੇ ਚੱਲੇ ਹਾਂ ਆਪਾਂ, ਅਤੇ ਤੁਹਾਨੂੰ ਦਿਖਾਉਂਦੇ ਹਾਂ ਜਾ ਕੇ। ਉਹ ਵੀ ਮੋਟਰ 'ਤੇ ਚੱਲੇ ਆਪਾਂ, ਥੋੜ੍ਹਾ ਦੂਰ ਆ ਇੱਥੋਂ, ਅਤੇ ਬਟ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਜਾ ਕੇ, ਅਤੇ ਮਿਲਦੇ ਹਾਂ ਤੁਹਾਨੂੰ ਜਾ ਕੇ। ਠੀਕ ਹੈ, ਗੁੜ ਤਿਆਰ ਹੋ ਰਿਹਾ ਜੀ, ਵੇਖੋ ਜੀ। ਸਰਦਾਰ ਕੁਲਦੀਪ ਸਿੰਘ ਟੂਲਾ ਨੰਗਲ ਵਾਲੇ ਗੁੜ ਲੈਣ ਲਈ ਇਹਨਾਂ ਨੂੰ ਸੰਪਰਕ ਕਰੋ। ਤਾਜ਼ਾ ਗੁੜ ਅੜ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਰੋ ਦੇ ਭਰਾਓ, ਸਭ ਸਾਧ ਸੰਗਤ ਗਾੜੀ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਟੂਲਾ ਨੰਗਲ ਦੇ ਵਿੱਚ ਦੇਸੀ ਗੁੜ ਵਧੀਆ ਕਮਾਦ ਹੱਥ ਦੇ ਨਾਲ ਕੱਢੀ ਦਾ ਮੇਰੇ ਵੀਰ ਦਾ ਬੇਨਤੀ ਕੀਤੀ ਜਾਂਦੀ ਹੈ।
ਲੇਕਰ ਆਣ ਕੇ ਸਾਨੂੰ ਚੈੱਕ ਦੇ ਕਰੋ ਖੰਡ ਕਿੱਥੇ ਪਾਈ ਦੀ ਆ ਸਾਨੂੰ ਦੱਸ ਦਿਓ ਤੇ ਵੀਰੋ ਮੇਰੇ ਆਓ ਤੇ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਸਿਰਫ ਮਿੱਠਾ ਸੋਡਾ ਇੱਕ ਚਮਚਾ ਪਾ ਕੇ ਦੋ ਮੈਲ ਲਾਈ ਦੀ ਆ ਹੋਰ ਕੱਖ ਨਹੀਂ ਪਾਈ ਦਾ ਵਿੱਚ ਅਤੇ ਦੋ ਬੰਦੇ ਅਸੀਂ ਮਿਹਨਤ ਕਰਦੇ ਹਾਂ ਵੀਰੋ ਦੇ ਭਰਾਓ ਤਗੜੇ ਹੋ ਕੇ ਜਵਾਨੋ ਮਿਹਨਤ ਕਰੋ ਤੁਹਾਨੂੰ ਬਾਹਰ ਭੱਜਣ ਦੀ ਕੋਈ ਲੋੜ ਨਹੀਂ ਵਾਹਿਗੁਰੂ ਜੀ ਕੀ ਫਤਿਹ ਗੁੜ ਲੈ ਲਈ ਸੰਪਰਕ ਕਰਨਾ ਇਸ ਨੰਬਰ 'ਤੇ ਸੰਪਰਕ ਕਰ ਸਕਦਾ ਬੋਲਿਓ ਨੰਬਰ 'ਤੇ ਨੰਬਰ ਜੀ 98-782-88-108 ਫਿਰ ਇੱਕ ਵਾਰੀ 98-782-88-108 ਜਿਹੜੇ ਵੀ ਵੀਰ ਮੇਰੇ ਵੀਰ ਭੈਣ ਭਰਾ ਨੇ ਗੁੜ ਲੈਣਾ ਹੋਏ ਇਸ ਨੰਬਰ ਦੇ ਉੱਤੇ ਗੱਲਬਾਤ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਵੀ ਮਿੱਤਰੋ ਬਹੁਤ ਹੀ ਵਧੀਆ ਗੁੜ ਮਿਲਦਾ ਇੱਥੋਂ ਪਿੰਡ ਦੂਰਾ ਨਗਰ ਵਿੱਚੋਂ ਸੋ ਵਧੀਆ ਗੁੜ ਲੈਣ ਲਈ ਸੰਪਰਕ ਕਰੋ ਅਤੇ ਅਸੀਂ ਵੀ ਆਏ ਅੱਜ ਗੁੜ ਖਾਣ ਵਾਸਤੇ ਕਾਫੀ ਦਿਨਾਂ ਦੇ ਕਹਿਣ ਡੇ ਸੀ ਵੀ ਗੁੜ ਖਾ ਜਾਓ ਗੁੜ ਖਾ ਜਾਓ ਅਤੇ ਰੋਹ ਪੀਣ ਡੇ ਹਾਂ ਇਸ ਤੋਂ ਬਾਅਦ ਗੁੜ ਖਾਵਾਂਗੇ ਅਸੀਂ ਅਤੇ ਜਿੰਨੇ ਵੀ ਕਿਸੇ ਨੇ ਗੁੜ ਲੈਣਾ ਹੋਏ ਤਾਂ ਇਸ ਨੰਬਰ ਸੰਪਰਕ ਕਰੋ ਆਹ ਥੋੜ੍ਹੀ ਥੋੜ੍ਹੀ ਕਰਕੇ ਚੱਲਣੀ ਉਦੋਂ ਕੰਮ ਤੇਜ਼ ਹੁੰਦਾ ਯਾਰ ਟਾਈਮ ਬਾਅਦ ਨਿਕਲਦੀ ਆ ਇਹ ਜੇ ਤੇ ਹੁਣ ਬਾਲਣ ਬੁਲਣ ਚੰਗਾ ਚੂੜੇ ਦਾ ਆਏ ਫਿਰ ਤੇ ਇੱਕ ਘੰਟੇ ਬਾਅਦ ਤੋਂ ਕੇ ਇਹ ਉਹੀ ਹੈ ਨਾ ਹਜੇ ਜਿਹੜੀ ਆਹੋ ਨਹੀਂ ਇੱਕ ਲਾ ਕੇ ਪਾ ਲਈ ਯਾਰ ਤੂੰ ਅੱਛਾ ਅੱਛਾ ਪਾ ਲਈ ਨਹੀਂ ਉਹੀ ਉਹੀ ਹੈ ਉਹ ਜਿਹੜੀ ਛੱਡ ਕੇ ਗਏ ਆ ਜਿਹੜੀ ਪਵਾ ਕੇ ਗਏ ਹਾਂ ਠੀਕ ਟਾਈਮ ਤੇ ਜਿਹੜੀ ਤੈਨੂੰ ਕਰਾ ਤਾਂ ਆਹੋ ਟਾਈਮ ਤੇ ਫਿਰ ਲੱਗਦਾ ਹੀ ਆ ਦੂਜਾ ਨਾ ਹੈ ਨਹੀਂ ਨਾ ਆਸਾ ਪਾਸਾ ਕਵਰ ਕੀਤਾ ਜੀ ਰਹਿਣਾ ਇਹ ਗੁਣ ਜਿਹੜਾ ਜਿਹਨੂੰ ਅਸੀਂ ਆਉਂਦੇ ਨਾ ਵੀ ਇਹ ਚਿੱਟਾ ਕਰ ਦਿਓ ਇਹ ਸੋਡਾ ਜ਼ਿਆਦਾ ਪਾ ਲਓ ਚਾਹੇ ਰੰਗ ਕਾਰਡ ਪਾ ਲਓ ਉਹ ਵੇਖਣ ਨੂੰ ਤਾਂ ਐਵੇਂ ਜਾਪੂ ਜਿੱਦਾਂ ਭੈਣ ਚੋਂ ਬੱਲੇ ਬੱਲੇ ਪਰ ਉਹ ਉਹਦੀ ਭੈਣ ਨੂੰ ਜਾਂ ਹਾਂ ਠੀਕ ਆ ਇਹ ਗਿਆ ਨਾਮ ਆਇਆ ਸੇਕਾ ਲੱਗਣਾ ਹਜੇ ਹੋਰ ਨਾ ਹਾਂਜੀ 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 ਫੜ ਗੰਨਾ ਫੜ ਉਹ ਬਣਾ ਲਵੇਟ ਆਲੇ ਦੁਆਲੇ ਉਹਦੇ ਇਲਾਚੀ ਦਾਣਾ ਜਿਹਾ ਲਓ ਵੀ ਮਿੱਤਰੋ ਗੁੜ ਨਿਕਲ ਚੁੱਕਾ ਵਾ ਛਕਾਂਗੇ ਹੁਣ ਬਹੁਤ ਹੀ ਵਧੀਆ ਤਾਜ਼ਾ ਗੁੜ ਆ ਅਤੇ ਲਓ ਫਿਰ ਮਿੱਤਰੋ ਉਹ ਫੜ ਆਪਣਾ ਗੰਨਾ ਜਿਹਾ ਫੜ ਨਾ ਛੋਟਾ ਛੋਟਾ ਲੈ ਉਹਦੇ ਨਾਲ ਆਲੇ ਦੁਆਲੇ ਘੁੰਮਾਉਂਦੇ ਹਾਂ ਅਤੇ ਵੇਖੀ ਬੜਾ ਵਧੀਆ ਬਣਨਾ ਲਓ ਵੀ ਪੱਤ ਹੋ ਗਈ ਜੇ ਤਿਆਰ ਇਹਦੇ ਦੁਆਲੇ ਨੂੰ ਲਵੇਟਾਂਗੇ ਆਪਾਂ ਇਹਦਾ ਇਲਾਚੀ ਦਾਣਾ ਕਰਾਂਗੇ ਤਿਆਰ ਤੇਰਾ ਇਲਾਚੀ ਦਾਣਾ ਤਿਆਰ ਹੋਣ ਡਿਆ ਫੜ ਫੜ ਉਹ ਲਿਆ ਗਾ ਲਿਆ ਦੂਜਾ ਫੜ ਆ ਜਾ ਫਿਰ ਨਹੀਂ ਇੱਕ ਹੋਰ ਲਿਆ ਗੁੜ ਗੁੜਣਾ ਉਧਰੋਂ ਲਿਓ ਫੜ ਲੈ ਚੱਲ ਬਹੁਤ ਇਹ ਚੋਂ ਲੈ ਲਾਂਗੇ ਇਹੋ ਬਹੁਤ ਹੁੰਦਾ ਵਾ ਨਹੀਂ ਫਿਰ ਉਹ ਹੋ ਗਿਆ ਇਲਾਚੀ ਦਾਣਾ ਤਿਆਰ ਦੇਸੀ ਇਲਾਚੀ ਦਾਣਾ ਲੈ ਮਿੱਤਰਾ ਖਾ ਇਲਾਚੀ ਦਾਣਾ ਤਿਆਰ ਬਹੁਤ ਸਵਾਦ ਬਾਕੀ ਗੁੜ ਹੋ ਗਿਆ ਤਿਆਰ ਪੇਸੀਆਂ ਤਿਆਰ ਹੋਣਗੀਆਂ ਹੁਣ ਬਾਬਾ ਜੀ ਹੋਣੀ ਗੁੜ ਤਿਆਰ ਕਰ ਰਿਹਾ ਕਿੱਦਾਂ ਮਿੱਤਰਾ ਲੱਗਾ ਵਧੀਆ 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 ਬਿਲਕੁਲ ਘੈਂਟ ਆ ਵਾਹ ਠੀਕ ਆ ਲਓ ਜੀ ਇਹ ਸੀ ਸਾਡਾ ਅੱਜ ਦਾ ਵਲੋਗ ਕਿਵੇਂ ਲੱਗਾ ਤੁਹਾਨੂੰ ਕਮੈਂਟਾਂ 'ਚ ਦੱਸ ਦੇਣਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ
ਵੀਡੀਓ ਨੂੰ ਕਰ ਦਿਓ ਲਾਈਕ। ਧੰਨਵਾਦ।